ਸਮੂਰਚਾ ਕਾਲੇ ਪਾਣੀ ਤੋਂ ਭਾਵ ਆ ਵੀ ਜਿਹੜੇ ਇਹ ਕਾਲੇ ਪਾਣੀ ਜਿਹੜੇ ਵੱਡੇ ਦਰਿਆ ਰਾਹੀਂ ਸਤਲੁਜ ਪੈ ਰਹੇ ਨੇ ਉਹ ਜ਼ਹਿਰਾਂ ਡਾਇੰਗ ਫੈਕਟਰੀਆਂ ਦੀਆਂ, ਹੋਰ ਸ਼ਹਿਰਾਂ ਦੇ ਸੀਵਰੇਜ, ਹੋਰ ਜਿੰਨਾ ਵੀ ਗੰਦ ਮੰਦ ਹੈ ਉਹ ਦਰਿਆਵਾਂ 'ਚ ਪਾ ਕੇ ਸਾਨੂੰ ਉਹਨਾਂ ਜ਼ਹਿਰਾਂ ਨਾਲ ਮਾਰਿਆ ਜਾ ਰਿਹਾ ਹੈ। ਉਹਦੇ ਸੰਬੰਧ 'ਚ ਅਸੀਂ ਇਹ ਲਾਮਬੰਦੀ ਕਰਨ ਨਿਕਲੇ ਹਾਂ। ਅਗਸਤ ਦੇ ਵਿੱਚ ਵੱਡਾ ਮਾਰਚ ਰੱਖਿਆ ਲੁਧਿਆਣੇ 'ਚ, ਅਤੇ 15 ਅਗਸਤ ਤੱਕ ਜੇ ਕੋਈ ਨਹੀਂ ਹੱਲ ਹੁੰਦਾ ਤਾਂ 15 ਅਗਸਤ ਤੱਕ ਅਸੀਂ ਜਿਹੜਾ ਬੁੱਢਾ ਦਰਿਆ ਉਹਨੂੰ ਬੰਨ ਮਾਰਨ ਦਾ ਐਲਾਨ ਕਰ ਚੁੱਕੇ ਹਾਂ। ਕਿਹੜਾ ਬੰਦਾ ਹੈ ਪੰਜਾਬ ਦਾ, ਜਾਂ ਕਿਹੜਾ ਪੋਲੀਟੀਸ਼ੀਅਨ ਹੈ, ਕਿਹੜਾ ਬਿਊਰੋਕਰੈਟ ਹੈ, ਕਿਹੜਾ ਬੰਦਾ ਜਿਹੜਾ ਇਹ ਕਹਿੰਦਾ ਕਿ ਪੰਜਾਬ ਦਾ ਪਾਣੀ ਕਾਲਾ ਹੋਣਾ ਚਾਹੀਦਾ, ਦਰਿਆਵਾਂ ਦੇ ਵਿੱਚ ਟ੍ਰੀਟਡ ਪਾਣੀ ਨਾ ਹੋਵੇ ਉਹ ਪਾ ਦੇਣਾ ਚਾਹੀਦਾ, ਜਾਂ ਖਰਾਬ ਪਾਣੀ ਬੋਰ ਕਰਕੇ ਥੱਲੇ ਪਾ ਦਿਓ? ਕੋਈ ਬੰਦਾ ਹੈ? ਇੱਕ ਵੀ ਬੰਦਾ ਨਹੀਂ ਮਿਲਣਾ ਆਪਾਂ ਨੂੰ, ਚਾਹੇ ਉਹ ਇੰਡਸਟਰੀ ਵਾਲੇ ਨੂੰ ਹੀ ਪੁੱਛ ਲਓ। ਗੁਰਬਾਣੀ ਵੀ ਕਹਿੰਦੀ ਹੈ ਪਵਨ ਗੁਰੂ ਪਾਣੀ ਪਿਤਾ, ਪਾਣੀ ਤਾਂ ਪੂਰੀ ਦੁਨੀਆ ਦੇ ਵਿੱਚ ਹਾਲਾਤ ਅੱਜ ਪਾਣੀ ਦੇ ਬਣੇ ਖੜੇ ਵੀ ਜਿਹੜੀ ਤੀਜੀ ਜੰਗ ਹੈ ਕਹਿੰਦੇ ਪਾਣੀ ਪਿੱਛੇ ਹੋਣੀ ਹੈ। ਜੇ ਸਾਨੂੰ ਲੱਗਦਾ ਵੀ ਅਸੀਂ ਤਾਂ ਲਾਈ ਲੜੇ ਤੋਂ ਬਿਨਾਂ, ਸੰਘਰਸ਼ ਕਰੇ ਤੋਂ ਬਿਨਾਂ ਘਰਾਂ 'ਚ ਬੈਠ ਕੇ ਕੁੰਡੇ ਲਾ ਕੇ ਦਰਵਾਜ਼ੇ ਲਾ ਕੇ ਬੱਚੇ ਰਹਾਂਗੇ ਤਾਂ ਅਸੀਂ ਪਾਣੀ ਨਾਲ ਹੀ ਮਰ ਜਾਵਾਂਗੇ। ਗੱਲ ਇਹ ਹੈ ਵੀ ਬੰਦਾ ਕਿਹੜਾ ਆਉਂਦਾ ਜਿਹੜਾ ਪੰਜਾਬ ਦਾ ਪਾਣੀ ਖਰਾਬ ਹੋ ਗਿਆ? ਇੱਕ ਟਾਈਮ ਸੀ ਜਦੋਂ ਅਸੀਂ ਪਾਣੀ ਦੇ ਕਿਨਾਰਿਆਂ 'ਤੇ ਜ਼ਿੰਦਗੀ ਪਣਪਦੀ ਸੀ, ਜਿੱਥੇ ਕਿਤੇ ਦਰਿਆ ਹੁੰਦਾ ਹੀ ਪਿੰਡ ਸ਼ਹਿਰ ਵੱਸਦੇ ਸੀ। ਹੁਣ ਇਹਨਾਂ ਥਾਵਾਂ 'ਤੇ ਮੌਤ ਬਣਾਈ ਜਾਂਦੀ ਹੈ। ਹਰ ਫੈਕਟਰੀ ਚਾਹੁੰਦੀ ਹੈ ਅਸੀਂ ਦਰਿਆ ਦੇ ਕਿਨਾਰੇ ਹੋਵੇ। ਮੱਤੇਵਾੜੇ ਦਾ ਰੌਲਾ ਕਿਉਂ ਪਾਇਆ ਸੀ ਕਿ ਚੱਕੋ ਪੂਰਾ ਪੋਲਿਊਸ਼ਨ ਮਾਰੋ, ਵਿੱਚ ਸਾਨੂੰ ਬੋਰ ਵੀ ਨਹੀਂ ਕਰਨਾ ਪੈਣਾ। ਜਾਣੇ ਉਹ ਸਤਲੁਜ ਅੱਜ ਇੰਨਾ ਜ਼ਹਿਰੀਲਾ ਕਰਤਾ, ਉਹ ਪਾਣੀ ਪੀਣਾ ਦੂਰ ਦੀ ਗੱਲ ਆ, ਉੱਥੇ ਖੜਿਆ ਵੀ ਨਹੀਂ ਜਾਂਦਾ। ਅਤੇ ਇਹਦੇ ਲਈ ਲੋਕਾਂ ਨੂੰ ਅਪੀਲ ਕਰਦਾ ਵੀ ਤੁਹਾਡੇ ਕੋਲ ਪਾਣੀ ਬਚਿਆ ਕਿਹੜਾ? ਧਰਤੀ ਹੇਠਾਂ ਪਾਣੀ ਹੈ, ਉਹ ਪਾ ਪਾ ਕੇ ਜਿਹੜਾ ਜਿੰਨੀਆਂ ਹੁਣ ਇੱਥੇ ਆਪਾਂ ਬਰਨਾਲੇ ਖੜੇ ਹਾਂ, ਇੱਥੇ IOL ਕੋਈ ਹੈਗੀ ਹੈ ਬ੍ਰਾਂਚ ਹੈ ਟ੍ਰਾਈਡੈਂਟ ਫੈਕਟਰੀ ਦੀ ਧੌਲੇ ਦੀ, ਜਾਂ ਟ੍ਰਾਈਡੈਂਟ ਫੈਕਟਰੀ ਧੌਲੇ ਲੱਗੀ ਹੈ, ਜਾਂ ਹੋਰ ਕਿੰਨੀਆਂ KRBL ਦਾ ਰੌਲਾ ਪਿਆ ਧੂਰੀ ਦੇ ਵਿੱਚ, ਉਹਦੇ ਆਲੇ ਦੁਆਲੇ ਮੋਟਰਾਂ ਦੇ ਵਿੱਚੋਂ ਕਿੰਨੀ ਜ਼ਹਿਰ ਨਿਕਲਣ ਲੱਗੀ, ਜੀਰੇ ਮਸਲਾ ਉੱਠਿਆ, ਕਿੰਨੀ ਮਤਲਬ ਉਸ ਪਾਣੀ ਨੇ ਲੋਕਾਂ ਨੇ ਪਸ਼ੂ ਤੱਕ ਵੀ ਮਾਰ ਤੇ ਕੈਂਸਰ ਹੋਣ ਲੱਗ ਗਿਆ। ਤਾਂ ਇਹ ਸਾਰੇ ਪੰਜਾਬ ਦਾ ਮਸਲਾ। ਆਹ ਤੁਹਾਡੀ ਬਰਨਾਲੇ ਵਾਲੇ ਕੀ ਕਰ ਰਹੇ ਨੇ? ਬੋਰ ਕਰਕੇ ਥੱਲੇ ਪਾਈ ਜਾਂਦੇ ਨੇ। ਅਸੀਂ ਲਾਇਆ ਸੀ ਮੋਰਚਾ ਉੱਤੇ, ਜ਼ੀਰਾ ਮੋਰਚਾ ਜਿਹੜਾ ਫੈਕਟਰੀ ਵਾਲਾ ਸੀਗਾ, ਨੇੜੇ ਤੇੜੇ ਦੇ ਪਿੰਡਾਂ 'ਚ ਪਾਣੀ ਕਾਲਾ ਨਿਕਲ ਆਇਆ ਸੀ, ਲਾਹਣ ਅਰਗਾ ਨਿਕਲ ਆਇਆ ਸੀ, ਮੱਝਾਂ ਮਰ ਰਹੀਆਂ ਸੀ, ਬੰਦਿਆਂ ਨੂੰ ਕੈਂਸਰ ਹੋ ਰਿਹਾ ਸੀ, ਉਹੀ ਕੁਛ ਤੁਹਾਡੇ ਹੋ ਰਿਹਾ? ਪੁੱਛ ਲਓ ਕਿਸੇ ਤੋਂ। ਇਹ ਨਹੀਂ ਵੀ ਜਿਹੜੇ ਸਤਲੁਜ ਦਾ ਪਾਣੀ ਪੀਂਦੇ ਆ 5-7 ਜ਼ਿਲ੍ਹੇ, ਉਹਨਾਂ ਦਾ ਮਸਲਾ ਪੂਰੇ ਪੰਜਾਬ ਦਾ ਮਸਲਾ ਹੈ। ਸੋ ਸਾਰੇ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ। ਹੁਣ ਮੈਂ ਫੈਕਟਰੀ ਦੀ ਗੱਲ ਕਰਦਾ, ਧੌਲੇ ਫੈਕਟਰੀ ਦੀ। ਧੌਲੇ ਫੈਕਟਰੀ ਦੇ ਵਿੱਚ ਤੁਸੀਂ ਦੇਖੋਗੇ ਜਾ ਕੇ ਹੁਣ ਤਾਂ ਇੱਕ ਸੂਆ ਭਰਿਆ ਵਾ ਪਾਣੀ ਦਾ ਵਿੱਚ ਉਹਦੇ 'ਚ ਵੜਦਾ ਫੈਕਟਰੀ 'ਚ, ਉਹ ਪਾਣੀ ਬਾਹਰ ਕਿੱਥੇ ਨਿਕਲਦਾ ਇਹ ਨਹੀਂ ਪਤਾ, ਕਿੱਧਰ ਦੀ ਜਾਂਦਾ, ਉਹ ਧਰਤੀ ਹੇਠਾਂ ਹੀ ਪਾਈ ਜਾਂਦੇ ਨੇ। ਹੁਣ ਪੱਤਣ ਤਾਂ ਇੱਕੋ ਹੀ ਹੈ, ਸਾਰੀ ਜ਼ਹਿਰ ਉਹਨੇ ਬੋਰ ਕਰਕੇ ਧਰਤੀ ਦਾ ਸੁੱਟਤਾ, ਨਾ ਸਾਡਾ ਦਰਿਆਵਾਂ ਦਾ ਪਾਣੀ ਸਾਡੇ ਲਈ ਪੀਣ ਯੋਗ ਬਚਿਆ, ਨਾ ਵਰਤਣ ਯੋਗ ਬਚਿਆ, ਨਾ ਸਾਡੇ ਕੋਲ ਧਰਤੀ ਹੇਠਲਾ ਪਾਣੀ ਸਾਡੇ ਲਈ ਵਰਤਣ ਯੋਗ ਬਚਿਆ, ਸਾਡੇ ਕੋਲ ਪਾਣੀ ਰਿਹਾ ਕਿਹੜਾ? ਹੁਣ ਮੈਂ ਤੁਹਾਨੂੰ ਦੱਸਦਾ, ਵੋਟ ਤਾਂ ਨਹੀਂ ਇੱਕ ਫੈਕਟਰੀ ਵਾਲੇ ਦੀ ਜ਼ਿਆਦਾ ਹੁੰਦੀ ਸਾਰੇ ਪਿੰਡ ਨਾਲੋਂ ਜਾਂ ਪਿੰਡਾਂ ਨਾਲੋਂ, ਉਹ ਨੋਟ ਦਿੰਦਾ। ਔਰ ਨੋਟ ਕਿਉਂ ਦਿੰਦਾ ਮੈਨੂੰ ਦੱਸੋ? ਜਿਹੜਾ ਬੰਦਾ ਇਮਾਨਦਾਰੀ ਨਾਲ ਫੈਕਟਰੀ ਲਾਈ ਬੈਠਾ, ਜਿਹਨੇ ਸਾਰੇ ਰੂਲ ਐਂਡ ਰੈਗੂਲੇਸ਼ਨ ਉਹਨਾਂ ਨੂੰ ਫੋਲੋ ਕਰ ਰਿਹਾ, ਉਹਨੇ STP ਜਿਹੜਾ ਪਾਣੀ ਨੂੰ ਸੋਧਣ ਦਾ ਪਲਾਂਟ ਵੀ ਲਾਇਆ ਹੋਇਆ, ਉਹ ਪੈਸੇ ਕਿਉਂ ਦਿਊਗਾ ਪੋਲੀਟੀਸ਼ੀਅਨ ਨੂੰ? ਉਹਨੂੰ ਕਿਸੇ ਕੁੱਤੇ ਨੇ ਵੱਢਿਆ? ਪੂਰੀ ਦੁਨੀਆਂ 'ਚ ਫੈਕਟਰੀਆਂ ਨੇ, ਉਹ ਨਹੀਂ ਦਿੰਦੇਗੇ ਪੈਸੇ? ਉਹ ਪੈਸੇ ਤਾਂ ਦਿੰਦਾ ਹੈ ਕਿ ਜਿਹੜਾ 1.5 ਕਰੋੜ ਰੁਪਈਆ ਉਹਨੂੰ STP ਦਾ ਪਲਾਂਟ ਲਾਉਣ 'ਤੇ ਲਾਉਣਾ ਪੈਣਾ। ਪਲਾਂਟ ਵੀ ਅੱਡੋ ਅੱਡ ਹੁੰਦਾ, ਪਾਣੀ ਕਿੰਨਾ ਤੁਸੀਂ ਕੱਢਦੇ ਹੋ ਫੈਕਟਰੀ 'ਚੋਂ।
ਉਹ ਪਲਾਂਟ ਜਿਹੜਾ ਲਾਉਣਾ ਪੈਣਾ ਉਹ ਪਲਾਂਟ ਨਾ ਲਾਉਣਾ ਪਵੇ, ਉਹਦੀ ਮੇਨਟੇਨੈਂਸ ਨਾ ਕਰਨੀ ਪਵੇ, ਪੋਲੀਟੀਸ਼ੀਅਨ ਨੂੰ ਅੰਦਰ ਖਾਤੇ 20 ਲੱਖ ਰੁਪਈਆ ਦੇ ਦਿਓ। ਜਿਹੜਾ ਬੰਦਾ ਕਹਿੰਦਾ ਵੀ ਇਹ ਗਲਤ ਪ੍ਰਚਾਰ ਕਰਦੇ ਆ ਜਾਂ ਇਹ ਧੂੜ ਮਾਰਦੇ ਆ, ਲੋਕਾਂ ਨੂੰ ਗੁੰਮਰਾਹ ਕਰਦੇ ਆ, ਉਹ ਬੰਦਾ ਸਾਡੇ ਨਾਲ ਚੱਲੇ, ਅਸੀਂ ਉੱਥੇ ਬੁੱਢੇ ਦਰਿਆ 'ਤੇ ਲੈ ਜਾਂਦੇ ਹਾਂ, ਉੱਥੇ ਅਸੀਂ ਬੁੱਢੇ ਦਰਿਆ 'ਤੇ ਇੱਕ ਘੁੱਟ ਨੂੰ ਭਰ ਕੇ ਪਿਆਵਾਂਗੇ, ਪਾਣੀ ਇੱਕੋ ਘੁੱਟ ਪੀ ਲੇ। ਪੰਜਾਬ ਨੇ 92 ਤੁਹਾਡੇ ਤਾਂ ਜਿਤਾਤੇ, ਹੋਰ ਕੀ ਕਰਨ ਹੁਣ, 92 ਵੀ ਤਾਂ ਕੁਛ ਕਰਨ ਅੱਗੇ, ਉਹਨਾਂ ਦੇ ਜਿਹੜੇ ਚੀਫ ਨੇ ਉਹ ਵੀ ਤਾਂ ਕਰਨ ਕੁਛ, ਕਿ ਕੱਲੀਆਂ ਫੋਟੋਆਂ ਹੀ ਖਿਚਾਉਣੀਆਂ ਸੀ ਯਾਰ, ਮੱਛੀਆਂ ਤੱਕ ਨਹੀਂ ਬਚੀਆਂ, ਹਰੀ ਗਏ ਪੱਤਨ, ਰਿਸਰਚ ਹੋਈ ਮੱਛੀਆਂ ਦੇ ਉੱਤੇ ਵੀ ਮੱਛੀਆਂ ਦੇ ਵਿੱਚ ਵੀ ਉੱਥੇ ਅਸੀਂ ਬੁੱਢੇ ਦਰਿਆ 'ਤੇ ਇੱਕ ਘੁੱਟ ਨੂੰ ਭਰ ਕੇ ਪਿਆਵਾਂਗੇ, ਪਾਣੀ ਇੱਕੋ ਘੁੱਟ ਪੀ ਲੇ। ਪੰਜਾਬ ਨੇ 92 ਤੁਹਾਡੇ ਤਾਂ ਜਿਤਾਤੇ, ਹੋਰ ਕੀ ਕਰਨ ਹੁਣ, 92 ਵੀ ਤਾਂ ਕੁਛ ਕਰਨ ਅੱਗੇ, ਉਹਨਾਂ ਦੇ ਜਿਹੜੇ ਚੀਫ ਨੇ ਉਹ ਵੀ ਤਾਂ ਕਰਨ ਕੁਛ, ਕਿ ਕੱਲੀਆਂ ਫੋਟੋਆਂ ਹੀ ਖਿਚਾਉਣੀਆਂ ਸੀ ਯਾਰ, ਮੱਛੀਆਂ ਤੱਕ ਨਹੀਂ ਬਚੀਆਂ, ਹਰੀ ਗਏ ਪੱਤਨ, ਰਿਸਰਚ ਹੋਈ ਮੱਛੀਆਂ ਦੇ ਉੱਤੇ ਵੀ ਮੱਛੀਆਂ ਦੇ ਵਿੱਚ ਵੀ ਕੈਂਸਰ ਆ, ਮੱਛੀਆਂ ਨੂੰ ਵੀ ਕੈਂਸਰ ਹੋ ਗਿਆ, ਹੋਰ ਬਹੁਤ ਰਹੇ ਬਿਮਾਰ, ਮੱਛੀਆਂ ਨੂੰ ਹੁੰਗਾ ਪਾ ਕਹਿੰਦਾ ਮੱਛੀ, ਹੁਣ ਬੰਦੇ ਕੋਲ ਖਾਣ ਵਾਲੀ ਚੀਜ਼ ਬਚੀ ਕਿਹੜੀ ਹੈ, ਕੁੱਲ ਚੀਜ਼ ਪਾਣੀ ਨਾਲ ਹੀ ਪੈਦਾ ਹੋਣੀ, ਚਾਹੇ ਪਾਣੀ ਦੇ ਵਿੱਚੋਂ ਕੋਈ ਚੀਜ਼ ਆਪਾਂ ਫੜ ਕੇ ਖਾਂਦੇ ਹਾਂ। ਸਾਡਾ ਚੈਲੰਜ ਆ, ਚੁਣੌਤੀ ਹੈ ਨਾ ਬੰਦਿਆਂ ਨੂੰ, ਜਿਹੜੇ ਬੰਦੇ ਕਹਿੰਦੇ ਆ ਵੀ ਇਹ ਪਾਣੀ ਆਏ ਆ, ਮੈਂ ਕਹਿੰਦਾ ਇੱਕ ਘੁੱਟ ਪਾਣੀ ਪੀ ਲਾ ਤੇ ਮੈਂ ਲਿਖ ਕੇ ਦਿਊਂਗਾ, ਉਹ ਘੁੱਟ ਪਾਣੀ ਪੀਣ ਦੇ ਨਾਲ 6 ਮਹੀਨੇ ਬਾਅਦ ਟੈਸਟ ਕਰਾਉਣ ਵੀ ਬੰਦੇ ਨੂੰ ਪੱਕਾ ਵੱਟ 'ਤੇ ਕੈਂਸਰ, ਅਤੇ ਲੋਕ ਦਾ ਰੋਜ਼ ਕੈਂਸਰ ਮਾਲਵੇ ਦੇ ਵਿੱਚ ਤਾਂ ਸਾਰਾ ਮਾਲਵਾ ਹੀ ਮਾਰਤਾ, ਆ ਕੈਂਸਰ ਟ੍ਰੇਨ ਭਰ ਕੇ ਜਾਂਦੀ ਹੈ ਬੀਕਾਨੇਰ ਨੂੰ, ਜਵਾਕ ਅਤੇ ਜਵਾਕ DMC ਭਰਿਆ ਪਿਆ, ਸ਼ੂਗਰ, ਕੈਂਸਰ, ਕਾਲਾ ਪੀਲੀਆ, ਮੰਦ ਬੁੱਧੀ, ਹੱਡਾਂ ਦੇ ਰੋਗ, ਚਮੜੀ ਦੇ ਰੋਗ, ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਪਾਣੀ ਕਰਕੇ ਹੋ ਰਹੀਆਂ। ਜਮਾਲਪੁਰ ਜਾ ਕੇ ਖੜ ਜੇ ਕੋਈ, ਲੁਧਿਆਣੇ ਦਾ ਉਹ ਹਿੱਸਾ ਜਿੱਥੋਂ ਇਹ ਕੰਮ ਸ਼ੁਰੂ ਹੁੰਦਾ, ਖੜ ਨਹੀਂ ਸਕਦੇ, 15 ਮਿੰਟ ਬਾਅਦ ਤੁਹਾਡੇ ਜਲਨ ਹੁੰਦੀ ਆ, ਅੱਖਾਂ ਮੱਚਣ ਲੱਗ ਪੈਂਦੀਆਂ ਨੇ, ਔਰ ਉਹ ਅੱਖਾਂ ਸਾਰਾ ਦਿਨ ਅਗਲੇ ਦਿਨ ਵੀ ਜਲਦੀਆਂ ਰਹਿੰਦੀਆਂ ਨੇ। ਉਹ ਚੀਜ਼ ਅੱਗੇ ਡਿਸਟ੍ਰੀਬਿਊਟ ਹੋ ਰਹੀ ਆ, ਅਸੀਂ ਜਾ ਕੇ ਆਏ ਉਹਨਾਂ ਪਿੰਡਾਂ 'ਚ ਜਿੱਥੇ ਉਹ ਪਾਣੀ ਹੌਲੀ ਹੌਲੀ ਥੋੜ੍ਹਾ ਜਿਹਾ ਬੈਟਰ ਹੋ ਕੇ ਜਾ ਰਿਹਾ, ਲੋਕ ਅਪਾਹਜ ਜੰਮ ਰਹੇ ਨੇ। ਸਾਡੇ ਮਸ਼ਹੂਰ ਸੀ ਡੰਡ ਪੀਓ, ਪਾਣੀ ਪੀਓ ਡੰਡ ਮਾਰੋ ਤੁਹਾਡੀ ਸਿਹਤ ਬਣ ਜੂ, ਅੱਜ ਪੰਜਾਬ ਦਾ ਪਾਣੀ ਪੀਓ ਕੈਂਸਰ ਹੋ ਜੂ, ਇਹ ਕਿਹਨੇ ਕੀਤਾ, ਇਹਨਾਂ ਦੀਆਂ ਅੱਖਾਂ ਸਾਹਮਣੇ ਹੋ ਰਿਹਾ। ਸੋ ਗੱਲ ਜਿਹੜੀ ਬਣਦੀ ਹੈ, ਅਖੀਰ ਨੂੰ ਇਹ ਕਦਮ ਚੱਕਿਆ, ਉਹ ਸਥਿਤੀ ਸਰਕਾਰ ਨੇ ਸੰਭਾਲਣੀ ਹੈ, ਉਹ ਜ਼ਿੰਮੇਵਾਰ ਸਰਕਾਰ ਆ, ਸਾਨੂੰ ਬੰਨ ਮਾਰਦੀ ਨੌਬਤ ਕਿਉਂ ਆਈ, ਸਰਕਾਰ ਹੱਲ ਕਰਦੇ ਸੀ ਕਿਉਂ ਮਾਰ ਕੇ ਬੰਨ, ਸਾਡਾ ਕੋਈ ਦਿਮਾਗ ਤਾਂ ਘੁੰਮਿਆ ਨਹੀਂ, ਅਸੀਂ ਬੰਨ ਮਾਰਨਾ ਕੀ ਯਾਰ, ਸਤਿਆਨਾਸ਼ ਕਰ ਰਹੇ, ਸਾਹਮਣੇ ਕਤਲ ਹੋ ਰਿਹਾ ਔਰ ਸਮੂਹਿਕ ਕਤਲ ਹੋ ਰਿਹਾ, ਸਮੂਹਿਕ ਕਤਲ ਨੂੰ ਕੀ ਕਵਾਂਗੇ, ਇਹ ਬੜੀਆਂ ਗੱਲਾਂ ਕਰਦੇ ਨਾ, ਵੱਖਵਾਦ, ਅੱਤਵਾਦ, ਫਲਾਨਾਵਾਦ, ਮਾਓਵਾਦ, ਆਹ ਸਭ ਤੋਂ ਵੱਡਾ ਵਾਦ ਜਿਹੜਾ ਮਨੁੱਖਤਾ ਦਾ ਘਾਣ ਕਰ ਰਿਹਾ, ਸ਼ਰੇਆਮ ਕਰ ਰਿਹਾ, ਨੰਗਾ ਚਿੱਟਾ ਕਰ ਰਿਹਾ, ਔਰ ਅਸੀਂ ਉਹਨੂੰ ਸੰਰਕਸ਼ਣ ਦੇ ਰਹੇ ਹਾਂ। ਸਾਡੇ ਰੀਪ੍ਰਜੈਂਟੇਟਿਵ ਨੇ ਜਿਹੜੇ ਸਾਡੇ ਲੋਕਾਂ ਨੇ ਵੋਟਾਂ ਪਾ ਕੇ ਭੇਜੇ ਨੇ, ਮੈਂ ਸਾਰੇ ਲੋਕਾਂ ਨੂੰ ਵੀ ਕਹੂੰਗਾ ਇਹਨਾਂ ਤੋਂ ਪੁੱਛੋ ਕਿ ਯਾਰ ਆਹ ਪਾਣੀ ਗੱਦਾ ਆ ਰਿਹਾ ਜਿਹੜਾ, ਇਹ ਕਿਵੇਂ ਆ ਰਿਹਾ, ਅਸੀਂ ਜ਼ੀਰੇ ਵਾਲਿਆਂ ਨੂੰ ਕਿਹਾ, ਤੁਸੀਂ ਆਪਦੇ MLA ਨੂੰ ਪੁੱਛਿਆ ਕਿ ਆਹ ਜਿਹੜਾ ਲਾਹਣ ਵਰਗਾ ਪਾਣੀ ਹੋ ਗਿਆ, ਤੁਹਾਡੀਆਂ ਮੱਝਾਂ ਮਰ ਰਹੀਆਂ, ਇਹਨੇ ਜਾ ਕੇ ਅਸੈਂਬਲੀ 'ਚ ਕੀ ਬੋਲਿਆ, ਆਂਦੇ ਜੀ ਉਹ ਆਖ ਦਿੰਦੇ ਕਿ ਆਹ ਜਿਹੜਾ ਲਾਹਣ ਵਰਗਾ ਪਾਣੀ ਹੋ ਗਿਆ, ਤੁਹਾਡੀਆਂ ਮੱਝਾਂ ਮਰ ਰਹੀਆਂ, ਇਹਨੇ ਜਾ ਕੇ ਅਸੈਂਬਲੀ 'ਚ ਕੀ ਬੋਲਿਆ, ਆਂਦੇ ਜੀ ਉਹ ਆਖ ਦਿੰਦੇ ਸਾਡੇ ਹੱਥ ਕੀ ਹੈ, ਸਾਨੂੰ ਵੀ ਕਿਹਾ, ਅਸੀਂ ਕਿਹਾ ਤੁਸੀਂ ਬੋਲ ਲਓ ਤਾਂ ਸਹੀ, ਤੁਹਾਡੇ ਹੱਥ ਨਹੀਂ ਕੁਛ ਮੰਨਿਆ, ਪਰ ਤੁਸੀਂ ਬੋਲੋ ਤਾਂ ਸਹੀ, ਬੋਲੇ ਕਿੱਥੇ ਦੱਸੋ। ਅੱਜ ਵੀ ਅਸੀਂ ਕਹਾਂਗੇ ਲੋਕਾਂ ਨੂੰ ਕਿ ਜਾਓ ਉਹਨਾਂ ਜਗ੍ਹਾ 'ਤੇ, ਵੀਡੀਓ ਬਣਾਓ, ਸਾਨੂੰ ਭੇਜੋ, ਅਸੀਂ ਆਪਦੇ ਪੇਜਾਂ 'ਤੇ ਪਾਵਾਂਗੇ, ਤੁਹਾਡੇ ਰਾਹੀਂ ਦੁਨੀਆ ਨੂੰ ਵਿਖਾਵਾਂਗੇ, ਆਪਾਂ ਲਾਮਬੰਦੀ ਕਰੀਏ, ਆਪਾਂ ਇਕੱਠੇ ਹੋਈਏ, ਜੇ ਅਸੀਂ ਵਰਲਡ ਵਾਰ 'ਚ ਦੁਨੀਆ ਦੇ ਲਈ ਲੜ ਸਕਦੇ ਹਾਂ, ਆਪਦੇ ਪੰਜਾਬ ਲਈ ਨਹੀਂ ਲੜਾਂਗੇ, ਆਪਦੇ ਪਾਣੀਆਂ ਲਈ ਨਹੀਂ ਲੜਾਂਗੇ, ਆਪਦੀ ਆਉਣ ਵਾਲੀ ਜਨਰੇਸ਼ਨ ਬੱਚਿਆਂ ਲਈ ਅਤੇ ਆਪਦੇ ਲਈ ਨਹੀਂ ਲੜਾਂਗੇ,
ਉਹ ਬਾਅਦ 'ਚ ਹੋਸਪਿਟਲਾਂ 'ਚ ਪਏ ਰਹਾਂਗੇ, ਦਵਾਈਆਂ ਦੇ ਪੈਸੇ ਲਾਵਾਂਗੇ, ਬਿਮਾਰ ਹੋ ਕੇ ਕਿਹੋ ਜਿਹੀ ਜ਼ਿੰਦਗੀ ਬਤੀਤ ਕਰਾਂਗੇ, ਉਸ ਤੋਂ ਬਿਹਤਰ ਲੜਕੇ ਮਰ ਜਾਈਏ ਹੀ ਯਾਰ। ਕੁਛ ਤਾਂ ਕਰੋ, ਕੁਛ ਤਾਂ ਬੋਲੋ, ਸਾਨੂੰ ਕਿਸੇ ਕੁੱਤੇ ਨੇ ਵੱਢਿਆ, ਅਸੀਂ ਕਿਉਂ ਤੁਰੇ ਫਿਰਦੇ ਹਾਂ। ਸੋ ਇਹ ਤਾਂ ਬਹੁਤ ਵੱਡਾ ਅਤੇ ਗੰਭੀਰ ਮਸਲਾ, ਇਹਨੂੰ ਉੱਠ ਕੇ ਸਾਨੂੰ ਸਾਰਿਆਂ ਨੂੰ ਲੜਨਾ ਚਾਹੀਦਾ। ਸੋ ਇਹ ਸਰਕਾਰ ਦੇਖੇ ਨਹੀਂ, ਅਸੀਂ ਆਪਣੇ ਐਲਾਨ ਦੇ ਉੱਤੇ ਦ੍ਰਿੜਾਂ, ਹਰ ਹਾਲ ਦੇ ਵਿੱਚ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਬੰਨ ਇਕੱਲਿਆਂ ਨੇ ਨਹੀਂ ਮਾਰਨਾ, ਬੰਨ ਮਾਰਨਾ ਪੰਜਾਬ ਦੇ ਲੋਕਾਂ ਨੇ। ਕਾਲਾ ਪੀਲੀਆ ਕਿੱਥੋਂ ਆਇਆ? ਪਹਿਲਾਂ ਤਾਂ ਇਹ ਨਹੀਂ ਸੀ, ਹੁਣ ਕਿੱਥੋਂ ਆ ਗਿਆ ਕਾਲਾ ਪੀਲੀਆ? ਪਾਣੀ ਚੋਂ ਆਉਂਦਾ। ਜਿਵੇਂ ਪੰਜਾਬ ਦੇ ਲੋਕਾਂ ਦਾ ਇੱਕ ਹੜ ਉੱਠ ਕੇ ਇੱਕ ਲੋਕ ਲਹਿਰ ਬਣ ਕੇ ਦਿੱਲੀ ਵੱਲ ਗਈ ਸੀ ਆਪਣੀਆਂ ਜ਼ਮੀਨਾਂ ਬਚਾਉਣੇ, ਉਦੋਂ ਗੰਭੀਰ ਮਸਲਾ। ਤੁਸੀਂ ਜ਼ਮੀਨਾਂ ਕੀ ਕਰ ਲਓਗੇ? ਪੱਕੇ ਮਾਰੋਗੇ? ਜੇ ਪਾਣੀ ਨਾ ਬਚਿਆ ਤਾਂ, ਜ਼ਮੀਨ ਤਾਂ ਪਾਣੀ ਨਾਲ ਹੈ। ਸੋ ਇਸ ਕਰਕੇ ਲੋਕਾਂ ਨੂੰ ਅਪੀਲ ਹੈ, ਭੁੱਲ ਜਾਓ ਇੱਥੇ ਵੀ ਤੁਹਾਨੂੰ ਕੋਈ ਇੱਥੇ ਜਿਹੜੀ ਹੁਣ ਨਵੀਂ ਇਨਕਲਾਬੀਆਂ ਦੀ ਸਰਕਾਰ ਜਾਂ ਪਹਿਲੀਆਂ ਸਰਕਾਰਾਂ ਜੋ ਕੱਲ੍ਹ ਨੂੰ ਹੋਰ ਆ ਕੇ ਬਚਾਊਗਾ। ਇਹ ਲੜਾਈ ਤੁਹਾਡੀ ਹੈ, ਤੁਹਾਡੀ ਹੋਂਦ ਦੀ ਹੈ, ਤੁਹਾਡੀਆਂ ਨਸਲਾਂ ਦੀ ਹੈ, ਤੁਹਾਡੇ ਜਵਾਕਾਂ ਦੀ, ਤੁਹਾਡੇ ਭਵਿੱਖ ਦੀ ਹੈ। ਤੁਹਾਨੂੰ ਉੱਠ ਕੇ ਲੜਨੀ ਹੀ ਪੈਣੀ ਹੈ ਜੇ ਬਚਣਾ।